निर्मल अद्धी रात नूं घुम्मी जांदी है ओ सो जा ਜਦ ਮੈਨੂੰ ਨੀਂਦ ਹੀ ਨਹੀਂ ਆ ਰਹੀ ਮੈਂ ਕਿੱਦਾਂ ਸੌਂ ਜਾਵਾਂ ਅਜੀਬ ਜਨਾਨੀ ਪੱਲੇ ਪੈ ਗਈ ਨਾ ਆਪ ਸੌਂਦੀ ਹੈ ਤੇ ਨਾ ਹੀ ਦੂਜਿਆਂ ਨੂੰ ਸੌਂ ਦਿੰਦੀ ਹੈ ਸੌਂ ਜਾ ਚੁੱਪ ਕਰਕੇ ਜਦ ਮੈਨੂੰ ਨੀਂਦ ਆਊਗੀ ਸੌਂ ਜਾਊਂਗੀ ਤੇਰੀ ਮਾਂ ਕੱਲ ਰਾਤ ਨੂੰ ਪਤਾ ਨਹੀਂ ਕੀ ਡਰਾਮਾ ਕਰਦੇ ਸੀ ਉਹ ਸਾਰੀ ਰਾਤ ਬੁੜਬੁੜ ਕਰਦੀ ਰਹੀ ਕੀ ਹੈ ਪਾਪਾ ਮੰਮਾ ਕੀ ਹੋਇਆ ਸੀ ਬੇਟਾ ਉਮਰ ਹੋ ਗਈ ਆ कुछ ना कुछ फर्क तो पैंदा ही है मैनूं लगदा तुसीं फिर कोई बुरा सपना वेख्या होणा ते पिछले हफ्ते तो ये चीज़ां ज़्यादा नहीं हो रही है मम्मी मेरे चाचा जी बहुत वधिया डॉक्टर ने आपां उन्हां नूं दिखा लैणे आं ना मत एड्डी भी कोई बहुत वड्डी गल नहीं है ओह तुहानूं सिंपल नींद दीआं गोलियां लिख देणगे तुहाडी रात सौखी निकल जाया करूगी ते मेरी भी ए नहीं हटदा मां साडी स्टील दी बनी आ ਇਹ ਨਿੱਕੀ ਮੁੱਟੀ ਗੱਲਾਂ ਲਈ ਗੋਲੀ ਦੀ ਲੋੜ ਨਹੀਂ ਪੈਂਦੀ ਕਿਉਂ ਮੰਮਾ ਔਰ ਵੈਸੇ ਵੀ ਬਚਪਨ ਤੋਂ ਲੈ ਕੇ ਅੱਜ ਤੱਕ ਕਦੇ ਐਲੋਪੈਥਿਕ ਦਵਾਈ ਦਿੱਤੀ ਨਹੀਂ ਮੰਮਾ ਨੇ ਹਮੇਸ਼ਾ ਹੀ ਉਹ ਕਰਦਾ ਕੀ ਹੁੰਦਾ ਮੰਮ ਓੜ ਪੋੜ ਹਾਂ ਹਮੇਸ਼ਾ ਓੜ ਪੋੜ ਨਾਲ ਹੀ ਠੀਕ ਕਰ ਦਿੰਦੇ ਸੀਗੇ ਉਹ ਤਾਂ ਠੀਕ ਹੈ ਪਰ ਟਾਈਮ ਦੇ ਹਿਸਾਬ ਨਾਲ ਥੋੜਾ ਬਹੁਤਾ ਚੇਂਜ ਤਾਂ ਹੋਣਾ ਹੀ ਪੈਂਦਾ ਮੇਰਾ ਮਤਲਬ ਹੈ ਵੀ ਆਪਣੀ ਜ਼ਰੂਰਤ ਨੂੰ ਦਵਾਈ ਤਾਂ ਖਾਣੀ ਪੈਂਦੀ ਹੈ ਸਿਮਟ ਦੇ ਚਾਚੇ ਨੇ ਲਿਖਾ ਦੇਣੇ ਇੱਕ ਵਾਰੀ ਆਪਾਂ ਅੱਜ ਹੀ ਅਪਾਇੰਟਮੈਂਟ ਲੈ ਲੈਣੀ ਹੈ ਚਾਚਾ ਜੀ ਦੀ ਲੋੜ ਹੋਵੇ ਨਾ ਤਾਂ ਹੀ ਦਵਾਈ ਲਿਖਦੇ ਨੇ ਨਹੀਂ ਨਹੀਂ ਲਿਖਦੇ ਕਾਕਾ ਤੇਰੀ ਭੂਆ ਕਦੋਂ ਦੀ ਲੰਮੇ ਦਿੰਦੀ ਹੈ ਕਹਿੰਦੀ 2 ਮਹੀਨੇ ਹੋ ਗਏ ਵਿਆਹ ਹੋਏ ਨਾ ਇੱਕ ਗੇੜਾ ਨਹੀਂ ਮਾਰਿਆ ਅਗਲੇ ਸੰਡੇ ਜਾਣਨੇ ਮਾਂ ਕੀ ਹਾਲ ਹੈ ਠੀਕ ਆ ਯਾਰ ਕਈ ਵਾਰ ਮਨ ਜਿਹਾ ਨਹੀਂ ਲੱਗਦਾ ਸੱਸ ਨਾਲ ਲੜ ਲਿਆ ਕਰ ਮਨ ਲੱਗਿਆ ਰਹੇਗਾ ਤੇਰਾ ਹੋ ਤਾਂ ਬਿਨਾਂ ਲੜੇ ਮੇਰੇ ਵੱਲ ਦੀ ਗੱਲ ਨਹੀਂ ਕਰਦੀ ਲੜ ਕੇ ਤਾਂ ਪਤਾ ਨਹੀਂ ਕੀ ਕਰੂਗੀ ਸਿਮਰਨ ਬੇਟਾ ਬਾਹਰ ਕੱਪੜੇ ਪਏ ਸੀ ਬਰਾਂਡੇ 'ਚ ਤਿਹਾਂ ਲਾ ਲੈਂਦੀ ਨਿਰਮਾ ਹਾਂਜੀ ਮੰਮੀ ਲੈਣੀ ਆ ਹਾਂਜੀ ਆਈ ਮੈਂ ਆਈ ਹੁਣੇ ਆਉਣੀ ਆ ਆਈ ਜਾ ਹੁਣ ਜਾ ਨਾ ਜਲਦੀ ਜਾ ਹਾਏ ਮੰਮੀ ਨੇ ਕਿਤੇ ਸੁਣਤਾ ਨਹੀਂ ਲਿਆ ਹੁਣ ਲੱਗ ਜਾਏਗਾ ਪਤਾ ਯਾਰ ਤੂੰ ਐਵੇਂ ਨਾ ਡਰਾ ਮੈਨੂੰ ਚੱਲ ਮੈਂ ਤੇਰੇ ਨਾਲ ਫੇਰ ਗੱਲ ਕਰਦੀ ਆ ਚੰਗਾ ਬਾਏ ਨਿਰਮਾ 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 ਕੱਲ ਤੈਨੂੰ ਮੈਂ ਬਿਜਲੀ ਦਾ ਬਿੱਲ ਦਿੱਤਾ ਸੀ ਪਤਾ ਨਹੀਂ ਕਿੱਥੇ ਗਿਆ ਨਾ ਜੀ ਮੈਨੂੰ ਤਾਂ ਦਿੱਤਾ ਨਹੀਂ ਹੈ ਉਹ ਮੈਂ ਕੋ ਝੂਠ ਬੋਲਦਾ ਪਿਆ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਬਿੱਲ ਤੈਨੂੰ ਹੀ ਦਿੱਤਾ ਸੀ ਝੂਠ ਸੱਚ ਦਾ ਤੇ ਮੈਨੂੰ ਪਤਾ ਨਹੀਂ ਤੁਸੀਂ ਲਿਆਂਦਾ ਸੀ ਆਪਣੀ ਕਮੀਜ਼ ਦੀ ਜੇਬ ਵਿੱਚ ਦੇਖੋ ਨਹੀਂ ਤਾਂ ਫਿਰ ਇੱਧਰ ਉੱਧਰ ਦੇਖ ਲੈਨੇ ਲੱਭ ਲੈਨੇ ਕਮੀਜ਼ ਦੀ ਜੇਬ ਵਿੱਚ ਤਾਂ ਕੁਝ ਵੀ ਨਹੀਂ ਸੀ ਮੰਮੀ ਜੀ ਮੈਂ ਹੀ ਵਾਸ਼ਿੰਗ ਮਸ਼ੀਨ 'ਚ ਕੱਪੜੇ ਪਾਏ ਸੀ ਉਹ ਕਮੀਜ਼ 'ਚ ਕਿੱਥੇ ਖੋਲੇ ਨੇ ਓਏ ਝੂਠ ਬੋਲੀ ਜਾਂਦੀ ਏ ਹੈ फिर मेरे ते इल्जाम लाउंदा तू तेनू दित्तियां तेनू दित्तियां कदे कोई चीज सामने नहीं आ बंदी खानू है उल्टा मुन्नी झूठा बनाई जांदी है ओ किथे कमली मेरे पल्ले पै गई है इस जनानी ने अड खून पी लिया मेरा ਕੱਲ ਤੋਂ ਕੰਮ ਲਵੋ ਨਵੀਂ ਬੋਟੀ ਆਈ ਹੋਈ ਹੈ ਉਹਦੇ ਸਾਹਮਣੇ ਜਲੂਸ ਕੱਢਣ ਲੱਗੇ ਤੁਸੀਂ ਮੈਂ ਜਲੂਸ ਕੱਢ ਰਿਹਾ ਉਹ ਜਲੂਸ ਤਾਂ ਤੂੰ ਕੱਢਿਆ ਮੇਰਾ ਹੈ ਮੁੰਡੇ ਝੂਠਾ ਬਣਾਈ ਜਾਂਦੀ ਹੈ ਆਏ ਮੱਥੇ ਤੇ ਹੱਥ ਰੱਖ ਕੇ ਬੈਠੀ ਰਹਿ ਗਈ ਲਿਕੇ ਲਵਾਏਗੀ ਵੀ ਮੇਰੇ ਕੋਲੋਂ ਨਹੀਂ ਲੱਭ ਹੁੰਦਾ ਜਿੱਥੇ ਲਿਆ ਕੇ ਰੱਖਿਆ ਲੱਭ ਲਓ ਬਸ ਜੀ ਬਥੇਰੇ ਚਲਦੀ ਹੈ ਆਪੇ ਦਵਾਈ ਜਿੱਤੋ ਮਰਜੀ ਮੈਂ ਠੇਕਾ ਨਹੀਂ ਲਿਆ ਹੋਇਆ ਤੁਹਾਨੂੰ ਪਤਾ ਹੈ ਅੱਜ ਮੰਮੀ ਪਾਪਾ ਦਾ ਫੇਰ ਝਗੜਾ ਹੋ ਗਿਆ ਕਿਉਂ ਉਹ ਪਾਪਾ ਨੇ ਮੰਮੀ ਨੂੰ ਬਿਜਲੀ ਦਾ ਬਿੱਲ ਦਿੱਤਾ ਸੀਗਾ ਉਹਨਾਂ ਨੇ ਅੱਜ ਭਰਨ ਜਾਣਾ ਸੀ ਜਦੋਂ ਪਾਪਾ ਨੇ ਬਿੱਲ ਮੰਗਿਆ ਮੰਮੀ ਕਹਿੰਦੇ ਮੈਂ ਤਾਂ ਫੜਾਇਆ ਹੀ ਨਹੀਂ ਬਸ ਫੇਰ ਕੀ ਦੋਵਾਂ ਦੀ ਲੜਾਈ ਹੋ ਗਈ ਯਾਰ ਉਹ ਬਿੱਲ ਤਾਂ ਦੁਕਾਨ ਤੇ ਪਿਆ ਸੀ ਤੇ ਮੈਂ ਭਰ ਵੀ ਦਿੱਤਾ ਅੱਜ ਹਾਏ ਇਸ ਦਾ ਮਤਲਬ ਮੰਮੀ ਨੂੰ ਧੱਕੇ ਨਾਲ ਹੀ ਝਟਕਾ ਪੈ ਗਿਆ ਡੈਡੀ ਤੋਂ ਯਾਰ ਡੈਡੀ ਦੀ ਤਾਂ ਆਦਤ ਆ ਸ਼ੁਰੂ ਤੋਂ ਹੀ ਮੰਮੀ ਨੂੰ ਡੋਮੀਨੇਟ ਕਰਨ ਦੀ ਤੇ ਉਹਨਾਂ ਨੂੰ ਤਾਂ ਬਸ ਬਹਾਨਾ ਚਾਹੀਦਾ ਤੇ ਮੰਮੀ ਵੀ ਚੁੱਪ ਵੱਟ ਲਿਆ ਕਰਨ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਪਾਪਾ ਦੀ ਨੇਚਰ ਦਾ ਜੇ ਉਹ ਅੱਗੋਂ ਨਾ ਬੋਲਦੇ ਤਾਂ ਗੱਲ ਥੋੜੀ ਨਾ ਵਧਣੀ ਸੀ ਸਿਮਰਨ ਹਰ ਗੱਲ ਦੀ ਨਾ ਇੱਕ ਸੀਮਾ ਹੁੰਦੀ ਹੈ ਮੁੜਦੀ ਮੁੜਦੀ ਤਾਂ ਤੂਤ ਦੀ ਛੱਟੀ ਵੀ ਟੁੱਟ ਜਾਂਦੀ ਹੈ ਸੋ ਜਾ
ਸਵੇਰ ਮੈਂ ਛੇਤੀ ਜਾਂਦਾ। ਲੱਭਦਾ ਮੰਮੀ ਜੀ? ਬੇਟਾ ਮੈਂ ਇੱਥੇ ਇੱਕ ਚੂਰਨ ਦੀ ਡੱਬੀ ਰੱਖੀ ਸੀ, ਹੁਣ ਮੈਨੂੰ ਨਜ਼ਰ ਨਹੀਂ ਆ ਰਹੀ ਕਿਤੇ ਵੀ। ਉਹ ਤੁਹਾਡੀਆਂ ਸਾਰੀਆਂ ਡੱਬੀਆਂ ਨਾ ਆ ਮੈਂ ਨੀਚੇ ਰੱਖਤੀ ਸੀ। ਇਹ ਕੀ ਕੀਤਾ ਪੁੱਤਰ? ਮੈਂ ਇੱਥੇ ਰੱਖੀਆਂ, ਅੱਖਾਂ ਮੀਟ ਕੇ ਚੁੱਕ ਲੈਂਦੀ ਸੀ, ਤੂੰ ਹੁਣ ਸਾਰਾ ਸਮਾਨ ਥੱਲੇ ਅਪਸੈਟ ਕਰ ਦਿੱਤਾ। ਕਰ ਦਿੱਤਾ ਨਾ ਗੜਬੜ, ਰੱਖ ਉੱਥੇ ਸਾਰੀਆਂ ਸਾਰੀਆਂ ਜਿੱਥੇ ਪਈਆਂ ਸੀ, ਲਿਆਦੇ ਮੈਨੂੰ। ਸਿਮਰਨ ਨੇ ਸਾਰੀਆਂ ਡੱਬੀਆਂ ਉਰੇ ਪਰੇ ਰੱਖ ਦਿੱਤੀਆਂ, ਮੈਨੂੰ ਕੁਛ ਨਹੀਂ ਲੱਭਿਆ। ਆ ਫੜੋ ਆਪਣੀ ਚੂਰਨ ਦੀ ਡੱਬੀ। ਉਹ ਬਹੁਤ ਜੋ ਕਰਦੀ ਏ ਉਹਨੂੰ ਕਰ ਲੈਣ ਦੇ, ਐ ਵੀ ਸੋਹਣੀ ਜੱਫਾ ਨੂੰ ਮਾਰ ਕੇ ਬੈਠ ਜਾ। ਮੈਂ ਜੱਫੇ ਮਾਰਨ ਨੂੰ ਕੀ ਕਰ ਦਿੱਤਾ? ਕਿਉਂ ਮੇਰੇ ਸਿਰ 'ਚ ਸੁਆਹ ਪਾਉਣ ਲੱਗੇ ਆ? ਕੁੜੀ ਸੁਣੂਗੀ ਕੀ ਸੋਚੂਗੀ? ਉਹ ਮੈਂ ਕੀ ਕਹਿਤਾ ਏ, ਉਹ ਮੈਂ ਤਾਂ ਇੰਨਾ ਕਿਹਾ ਏ ਬਹੁ ਨੂੰ ਚਾਬੀਆਂ ਦੇ ਕੇ ਤੂੰ ਮਾਲਾ ਜੱਪ। ਸਾਰੀ ਉਮਰ ਦੁਸ਼ਮਣੀ ਨਿਭਾਈ ਆ ਬੰਦਿਆ, ਕਦੇ ਤਾਂ ਮੇਰੇ ਹੱਕ ਦੀ ਗੱਲ ਕਰ ਲਿਆ ਕਰ। ਮੰਮੀ ਆਪ ਚਾਹ ਪੀਓ। ਉਹ ਪੁੱਤ ਉਹ ਇਹਦੀ ਚਾਹ ਦੀ ਲੋੜ ਨਹੀਂ, ਉਹ ਜਾ ਕੇ ਠੰਡਾ ਪਾਣੀ ਲਿਆ, ਇਸ ਫੇਰ ਦੀ ਉਬਲੀ ਬੈਠੀ ਏ। ਠੀਕ ਹੈ ਮੈਂ ਲੈ ਕੇ ਆਉਂਦੀ ਹਾਂ। ਬੇਟਾ ਠੰਡਾ ਪਾਣੀ ਮੇਰੇ ਨੂੰ ਪਿਲਾ, ਡੈਡੀ ਨੂੰ, ਇਸ ਫੇਰ ਦੇ ਪੱਖੇ ਬੈਠੇ ਆ। ਮੈਂ ਚੱਲੀ ਹਾਂ ਆਪਣੀ ਭੈਣ ਦੇ ਘਰ। ਮੈਨੂੰ ਪਤਾ ਤੂੰ ਜਾ ਕੇ ਭੈਣ ਦੇ ਘਰ ਕੀ ਕਰਨਾ ਹੈ, ਉਹ ਦੋਨੋਂ ਬੈਠ ਕੇ ਆਪਣੇ ਆਪਣੇ ਕਸਮ ਦੀ ਚੁਗਲੀਆਂ ਕਰਦੀਆਂ ਨੇ। ਤੁਹਾਨੂੰ ਕੋਈ ਚੰਗਾ ਵੀ ਲੱਗਾ? ਮੇਰੇ ਮਾਂ ਪਿਓ ਨੇ ਕਿੰਨਾ ਕੀਤਾ ਤੁਹਾਡੇ ਨਾਲ, ਹੁਣ ਨੀ ਮੈਂ ਪਰਵਾਹ ਕਰਦੀ ਕਿਸੇ ਦੀ। ਚੱਲੀ ਆ ਮੈਂ ਆਪਣੀ ਭੈਣ ਦੀ ਖਬਰ ਲੈ। ਉਹ ਜਾ ਕਿੱਥੇ ਜਾਣਾ ਹੈ? ਭੈਣ ਕਰ ਰਹੀ ਆ, ਕੋਈ ਦਿਸਦਾ ਹੀ ਨਹੀਂ, ਪਤਾ ਨਹੀਂ ਅੰਦਰ ਬੈਠੀ ਹੋਣੀ ਆ। ਕੁਸਮ ਕਿੱਥੇ ਪਈਆਂ ਭੈਣੇ? ਆਜੋ ਆਜੋ ਦੀਦੀ। ਅੱਛਾ ਇੱਥੇ ਆ ਬੈਠੀ ਆ, ਆਜੋ ਆਜੋ। ਪੁੱਤ ਵਿਆਹ ਕੇ ਤਾਂ ਤੁਸੀਂ ਹੋਰ ਵੀ ਡੂੰਘੀ ਕਬੀਲਦਾਰੀ ਚ ਫਸ ਗਏ ਹੋ। ਕਿਵੇਂ ਹੋ, ਠੀਕ ਹੋ ਤੁਸੀਂ? ਮੈਂ ਤਾਂ ਠੀਕ ਆ, ਤੂੰ ਦੱਸ ਤੇਰੀ ਸਿਹਤ ਕਿੱਦਾਂ ਹੁਣ? ਹਾਲ ਤਾਂ ਦੀਦੀ ਤਾਂ ਤੁਹਾਨੂੰ ਹੁਣ ਪਤਾ ਹੀ ਹੈ, ਸਰੀਰ ਪਹਾੜੇ ਦਾ ਹੋ ਗਿਆ, ਬਿਮਾਰੀਆਂ ਲੱਗੀਆਂ ਪਈਆਂ ਨੇ, ਦਵਾਈਆਂ ਖਾਓ, ਤੁਰੇ ਫਿਰੋ। ਤੁਸੀਂ ਦੱਸੋ ਘਰੇ ਸਭ ਠੀਕ ਹੈ? ਠੀਕ ਹੀ ਆ। ਕਿਉਂ ਕੀ ਹੋਇਆ? ਪੁੱਤ ਦਾ ਫਿਕਰ ਸੀ, ਉਹਨੂੰ ਵਿਆਹ ਕੇ ਆਪਣੇ ਘਰ ਜੋਗਾ ਕਰ ਦਿੱਤਾ, ਹੁਣ ਉਹ ਜੀਣ ਨੂੰ ਜੀ ਨਹੀਂ ਕਰਦਾ। ਕਿਉਂ, ਨੂੰਹ ਰਾਣੀ ਦਾ ਸੁਭਾਅ ਤਾਂ ਠੀਕ ਹੈ। ਉਹਦਾ ਹਾਲੇ ਆਪਾਂ ਨੇ ਕੀ ਦੇਖਿਆ? ਆ ਤੇਰੇ ਜੀਜੇ ਨੇ ਜੀਣਾ ਹਰਾਮ ਕੀਤਾ ਪਿਆ, ਜੀਣ ਨੂੰ ਰੂਹ ਹੀ ਨਹੀਂ ਕਰਦੀ ਹੁਣ ਤਾਂ। ਹੁਣ ਤਾਂ ਸਿਆਣਾ ਹੋਵੇ, ਹੁਣ ਤਾਂ ਅਕਲ ਨੂੰ ਹੱਥ ਮਾਰੇ, ਵੀ ਨੂੰਹ ਆ ਗਈ ਘਰ ਦੇ ਵਿੱਚ ਵੀ। ਤੁਸੀਂ ਉਹਦੀ ਫਿਕਰ ਨਾ ਕਰਿਆ ਕਰੋ, ਬੋਲੀ ਜਾਣ ਦਿਓ, ਜੋ ਬੋਲਦਾ ਟੈਨਸ਼ਨ ਹੀ ਨਾ ਲਓ। ਬਾਕੀ ਸਿਮਰਨ ਨੂੰ ਮੈਂ ਦੇਖਦੀ ਹਾਂ ਵੀ ਉਹ ਤਾਂ ਮੈਨੂੰ ਸਮਝਦਾਰ ਲੱਗਦੀ ਹੈ, ਉਹ ਨਹੀਂ ਇੰਨਾ ਫਾਲਤੂ ਬੋਲਦੀ। ਜਦੋਂ ਮੈਨੂੰ ਮਿਲੂਗੀ ਨਾ ਉਹਨੂੰ ਮੈਂ ਦੱਸੂੰਗੀ ਤੇਰੇ ਸਹੁਰੇ ਨੂੰ ਅਸੀਂ ਬਰੂਦ ਰਾਮ ਕਿਉਂ ਕਹਿੰਦੇ ਹਾਂ। ਕੰਧ ਕੋਲੇ ਬੈਠ ਕੇ ਭਾਵੇਂ ਰੋ ਲੋ, ਪਰ ਮਨ ਹੌਲਾ ਜ਼ਰੂਰ ਕਰੋ। ਆ ਲੈ ਮੈਂ ਤੇਰੇ ਲਈ ਸੇਵੀਆਂ ਬਣਾ ਕੇ ਲਿਆਈ ਸੀ, ਇਹ ਤੂੰ ਖਾ ਲਾ, ਤੈਨੂੰ ਆਰਾਮ ਆਊਗਾ ਜ਼ੁਕਾਮ ਨੂੰ। ਭੈਣੇ ਤੂੰ ਤਾਂ ਬੜਾ ਚੰਗਾ ਕੀਤਾ, ਹੁਣ ਗਰਮ ਗਰਮ ਖਾਊਂਗੀ, ਮੇਰੇ ਤਾਂ ਅੱਧਾ ਦੁੱਖ ਦੂਰ ਕਰਦੇ ਤੂੰ। ਚੱਲ ਬਹੁਤ ਸੋਹਣੀ, ਖੇਚਲ ਹੀ ਕੀਤੀ ਵੈਸੇ ਤਾਂ ਤੂੰ। ਨਹੀਂ ਖੇਚਲ ਕਰਦੀ ਹੈ। ਛੇਤੀ ਆ ਜਾਓ ਤੁਸੀਂ, ਠੀਕ ਹੈ? ਓਕੇ, ਘੰਟੇ ਤੱਕ ਆ ਗਿਆ, ਠੀਕ ਹੈ? ਓਕੇ ਬਾਏ। ਸਿਮਰਨ ਪ੍ਰਸ਼ਾਦ ਤਾਂ ਲੈ ਲਈ। ਸੌਰੀ, ਆ ਜਾਓ ਛੇਤੀ। ਮੰਮੀ ਬਾਕੀ ਕਿੱਥੇ ਨੇ ਸਾਰੇ? ਪਾਪਾ ਤੇਰੇ ਆਫਿਸ ਗਏ ਨੇ, ਤੇ ਵੀਰਾ ਤੇ ਭਾਬੀ ਪਾਰਟੀ ਤੇ। ਅੱਛਾ, ਇੰਨਾ ਭੜਕੀਲਾ ਸੂਟ ਕਿਹਨੇ ਲਿਆਂਦਾ? ਦੇਖ ਲਾ ਆਪਣੇ ਪਾਪਾ ਦੀ ਚੋਇਸ, ਮੇਰੇ ਵਾਸਤੇ ਲੈ ਕੇ ਆਇਆ ਤੇਰਾ ਪਾਪਾ। ਹੱਦ ਹੋ ਗਈ ਪਾਪਾ ਵਾਲੀ ਵੀ, ਹੁਣ ਇਸ ਉਮਰ 'ਚ ਬੰਦਾ ਕੱਪੜੇ ਤਾਂ ਆਪਦੀ ਪਸੰਦ ਦੇ ਪਾ ਸਕਦਾ, ਤੁਸੀਂ ਨਾਲ ਜਾਇਆ ਕਰੋ ਪਾਪਾ ਦੇ। ਬੇਟਾ
जो हुण तक नहीं बदले हुण उन्होंने की बदलना फिर भी सारी जिंदगी होगी हुण तुसी आपदी पसंद के कपड़े पाया करो अड़िया करो अड़के की लेना है ਹੁਣ ਉਮਰ 'ਚ ਕੋਈ ਬਦਲ ਸਕਦਾ ਹੁੰਦਾ ਪਹਿਲਾਂ ਚੱਲ ਛੱਡ ਤੂੰ ਇਹਨਾਂ ਗੱਲਾਂ ਨੂੰ ਇਹ ਦੱਸ ਵੀ ਤੇਰੀ ਸੱਸ ਦਾ ਕੀ ਹਾਲ ਹੈ ਠੀਕ ਹੀ ਨੇ ਮੁੰਡੇ ਦਾ ਵਿਆਹ ਵੀ ਕਰਨਾ ਹੁੰਦਾ ਹੈ ਤੇ ਕੰਟਰੋਲ ਵੀ ਨਹੀਂ ਛੱਡਣਾ ਹੁੰਦਾ ਨਾ ਹੁਣ ਕੀ ਕਰਤਾ ਉਹਨੇ ਤੁਸੀਂ ਛੱਡੋ ਤੁਸੀਂ ਮੈਨੂੰ ਚਾਹ ਨਹੀਂ ਪਿਓਣੀ ਹੁਣ ਲੈ ਕੇ ਚੱਲ ਆ ਜਾ ਮੇਰੇ ਨਾਲ ਹੀ ਆ ਜਾ ਚੱਲ ਆ ਜਾ ਮੇਰੇ ਆ ਜਾ ਮੇਰੇ ਕੁਝ ਜ਼ਿਆਦਾ ਹੀ ਦਖਲ ਅੰਦਾਜ਼ੀ ਕਰਦੇ ਨੇ ਹਲੇ ਪਰਸੋਂ ਦੀ ਗੱਲ ਹੈ ਦੋਵੇਂ ਬਿਜਲੀ ਦੇ ਬਿੱਲ ਪਿੱਛੇ ਲੜ ਪਏ ਆ ਵੀ ਨਹੀਂ ਦੇਖਿਆ ਕਿ ਸਾਡੀ ਨੂੰਹ ਕੀ ਕਹੂਗੀ ਬੇਟਾ ਇਹ ਗੱਲ ਦੱਸ ਕਿਹੜੇ ਘਰ 'ਚ ਲੜਾਈਆਂ ਨਹੀਂ ਹੁੰਦੀਆਂ ਮਾੜੀ ਮੋਟੀ ਨੋਕ ਝੋਕ ਤਾਂ ਚੱਲਦੀ ਰਹਿੰਦੀ ਹੈ ਬਸ ਮਸਤ ਰਿਹਾ ਕਰ ਤੂੰ ਆਪਣੇ ਦਿਲ 'ਚ ਨਹੀਂ ਕਿਸੇ ਲਈ ਮੈਲ ਰੱਖਣੀ ਤੁਹਾਨੂੰ ਨਹੀਂ ਪਤਾ ਉੱਥੇ ਵਾਲੀ ਮੰਮੀ ਦਾ ਇੱਕ ਦਿਨ ਮੈਂ ਰਸੋਈ ਦੀ ਅਤੇ ਲਿਵਿੰਗ ਰੂਮ ਦੀ ਸੈਟਿੰਗ ਚੇਂਜ ਕਰਤੀ ਉਹਨਾਂ ਨੂੰ ਬੁਰਾ ਲੱਗ ਗਿਆ ਮੇਰੀ ਤਾਂ ਕੋਈ ਗੱਲ ਨਹੀਂ ਕਰਦੇ ਉਹ ਮੰਮੀ ਤੁਸੀਂ ਦੱਸੋ ਮੈਂ ਕੀ ਕਰਾਂ ਹੁਣ ਦੇਖ ਬੇਟਾ ਕਿਸੇ ਵੀ ਰਿਸ਼ਤੇ ਦਾ ਫਿਊਚਰ ਇਸ ਗੱਲ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਉਸ ਰਿਸ਼ਤੇ ਲਈ ਸੋਚ ਕਿਹੋ ਜਿਹੀ ਰੱਖਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਾਰੀ ਗਲਤੀ ਮੇਰੀ ਹੈ ਬਿਲਕੁਲ ਨਹੀਂ ਕੋਈ ਵੀ ਰਿਸ਼ਤੇ ਦੇ ਵਿੱਚ ਤਾਲਮੇਲ ਬਣਾਉਣ ਲਈ ਨਾ ਕੋਈ ਵੀ ਨਵੇਂ ਰਿਸ਼ਤੇ ਦੇ ਵਿੱਚ ਤਾਂ ਬੜੇ ਲੱਗ ਜਾਂਦੇ ਨੇ ਬੜਾ ਟਾਈਮ ਲੱਗਦਾ ਬੇਟਾ ਉਹਨੂੰ ਸਮਝਣ ਲਈ ਰਿਸ਼ਤੇ ਨੂੰ ਤੂੰ ਇਸ ਘਰ ਦੇ ਵਿੱਚ 26 ਸਾਲ ਰਹੀ ਹੈ 26 ਸਾਲ ਆਪਣੀ ਮਰਜ਼ੀ ਨਾਲ ਜੁਈ ਹੈ ਆਪਣੀ ਮਰਜ਼ੀ ਨਾਲ ਰਹੀ ਹੈ ਤੇਰਾ ਇੱਕ ਆਪਣਾ ਸਿਸਟਮ ਸੀ ਨਾ ਤੇ ਹੁਣ ਤੈਨੂੰ ਉੱਥੇ ਐਡਜਸਟ ਕਰਨ ਲੱਗੇ ਪ੍ਰੋਬਲਮ ਆ ਰਹੀ ਹੈ ਕਿ ਨਹੀਂ ਬਸ ਬੇਟਾ ਇਹੀ ਗੱਲ ਹੈ ਤੇ ਉਸ ਘਰ ਦੇ ਵਿੱਚ ਤੂੰ ਖੁਦ ਸੋਚ ਵੀ ਤੇਰੀ ਸੱਸ ਕਿੰਨੇ ਸਾਲਾਂ ਤੋਂ ਰਹਿ ਰਹੀ ਹੈ ਉਹ ਆਪਣੇ ਬੱਚੇ ਨੂੰ ਆਵਾਜ਼ ਮਾਰਦੀ ਸੀ ਜਾਂ ਬੱਚਾ ਉਹਨੂੰ ਆਵਾਜ਼ ਮਾਰ ਕੇ ਕੋਈ ਚੀਜ਼ ਮੰਗਦਾ ਸੀ ਤੇ ਅੱਜ ਤੇਰੇ ਜਾਣ ਤੋਂ ਬਾਅਦ ਉਹ ਤੈਨੂੰ ਆਵਾਜ਼ ਮਾਰਦਾ ਬੇਸ਼ੱਕ ਸੱਸ ਖੁਸ਼ ਹੁੰਦੀ ਹੈ ਕਿ ਬੱਚਿਆਂ ਦੇ ਵਿੱਚ ਪਿਆਰ ਹੈ ਪਰ ਅੰਦਰੋਂ ਕੁਛ ਤਾਂ ਟੁੱਟਦਾ ਨਾ ਦਿਲ ਤਾਂ ਦੁਖੀ ਹੁੰਦਾ ਨਾ ਜਦ ਇੱਕਦਮ ਆਵਾਜ਼ ਬਦਲ ਜਾਂਦੀ ਜਿਹੜੀ ਹੱਕ ਉਹਨੂੰ ਪੈਂਦੀ ਸੀ ਨੂੰਹ ਪੈਣੀ ਸ਼ੁਰੂ ਹੋ ਜਾਂਦੀ ਹੈ ਹਮੇਸ਼ਾ ਬੰਦਾ ਇਹ ਤਾਂ ਸੋਚ ਲੈਂਦਾ ਕਿ ਜਿਹੜੀ ਕੁੜੀ ਆ ਉਹ ਆਪਣਾ ਘਰ ਛੱਡ ਕੇ ਆਈ ਹੈ ਆਪਣੇ ਰਿਸ਼ਤੇਦਾਰ ਛੱਡ ਕੇ ਆਈ ਹੈ ਇਹਨੂੰ ਕੰਫਰਟੇਬਲ ਜੋਨ ਚਾਹੀਦਾ ਹੈ ਇਹਦਾ ਖਿਆਲ ਰੱਖਣਾ ਇਹਦੇ ਇਮੋਸ਼ਨਸ ਹਰਟ ਨਾ ਹੋ ਜਾਣ ਪਰ ਕਦੇ ਕਿਸੇ ਨੇ ਸੋਚਿਆ ਕਿ ਸੱਸ ਨੂੰ ਵੀ ਇੱਕ ਕੰਫਰਟ ਜੋਨ ਚਾਹੀਦਾ ਕਿ ਉਹਦੀਆਂ ਵੀ ਕੋਈ ਫੀਲਿੰਗਸ ਨੇ ਬੇਟੇ ਆਪਣੀ ਮਾਂ ਵੱਲ ਵੀ ਦੇਖ ਉਹੀ ਫੀਲਿੰਗਸ ਅਗਰ ਆਪਣੀ ਸੱਸ ਲਈ ਰੱਖੇਂਗੀ ਤੈਨੂੰ ਕਦੇ ਲਾਈਫ 'ਚ ਪ੍ਰੋਬਲਮ ਨਹੀਂ ਆਊਗੀ ਤੂੰ ਰਿਸ਼ਤੇ ਦੀ ਅਹਿਮੀਅਤ ਸਮਝੇਂਗੀ ਨਾ ਸੋ ਬੇਟੇ ਸਿਰਫ ਐਡਜਸਟਮੈਂਟ ਆ ਲਾਈਫ ਦੇ ਵਿੱਚ ਰਿਸ਼ਤਿਆਂ ਨਾਲ ਉਹਨਾਂ ਦੀ ਅਹਿਮੀਅਤ ਨੂੰ ਜਿੰਨੀ ਛੇਤੀ ਸਮਝੇਂਗੀ ਉਨੀ ਛੇਤੀ ਐਡਜਸਟ ਕਰ ਜਾਏਗੀ ਸੌਰੀ ਮੰਮੀ ਥੋੜਾ ਜਿਹਾ ਲੇਟ ਹੋ ਗਿਆ ਬੇਟਾ ਇੰਨਾ ਲੇਟ ਜ਼ਿਆਦਾ ਲੇਟ ਹੋ ਗਿਆ ਤੁਸੀਂ ਜਲੇਬੀਆਂ ਫੜੋ ਵਾਓ ਤੁਹਾਨੂੰ ਕਿੱਦਾਂ ਪਤਾ ਮੇਰੀਆਂ ਫੇਵਰੇਟ ਨੇ ਮੈਂ ਐਵੇਂ ਗੈਸ ਕਰ ਲਿਆ ਸੀ ਮੈਨੂੰ ਪੱਕਾ ਪਤਾ ਸੀਗਾ ਵੀ ਤੁਹਾਨੂੰ ਇਹ ਪਸੰਦ ਆਉਂਗੀ ਹੁਸ਼ਿਆਰ ਹੋ ਗਈ ਮੇਰੀ ਬੱਚੀ ਪਾਪਾ ਕਿੱਥੇ ਨੇ ਉਹ ਥੋੜਾ ਬਾਹਰ ਗਏ ਆ ਅੱਛਾ ਆਪਾਂ ਹੁਣ ਕੀ ਬਣਾਉਣਾ ਆ ਆਪਾਂ ਰਾਤ ਨੂੰ ਕੜੀ ਬਣਾਉਣੀ ਆ ਵਾਹ ਕੜੀ ਮੈਨੂੰ ਅਮਨ ਦੱਸ ਰਹੇ ਸੀ ਕਿ ਤੁਹਾਡੇ ਤੋਂ ਸਵਾਦ ਕੜੀ ਨਾ ਪੂਰੀ ਦੁਨੀਆ 'ਚ ਕੋਈ ਨਹੀਂ ਬਣਾ ਸਕਦਾ ਮੈਂ ਹੁਣੇ ਤਿਆਰੀ ਕਰਦੀ ਹਾਂ ਨਾਲੇ ਤੁਸੀਂ ਮੈਨੂੰ ਸਿਖਾ ਵੀ ਦਿਓ ਤੇ ਸਭ ਤੋਂ ਪਹਿਲਾਂ ਕੀ ਕਰਨਾ ਪਊਗਾ ਪਿਆਜ਼ ਕੱਟ ਲਾ ਲਸਣ ਤੇ ਅਦਰਕ ਛਿੱਲ ਕੇ ਉਹਨੂੰ ਕੁੱਟ ਲਈ ਜਦੋਂ ਤੇਲ ਚੱਪ ਭੁੰਨਦੇ ਆ ਨਾ ਬਹੁਤ ਸੋਹਣੀ ਮਹਿਕ ਆਉਂਦੀ ਆ ਨਾਲੇ ਚੀਜ਼ ਦਾ ਸਵਾਦ ਬਣ ਜਾਂਦਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਤੜਕਾ ਲਗਾ ਕੇ ਦਹੀਂ ਦੇ ਵਿੱਚ ਆਪਾਂ ਬੇਸਣ ਘੋਲ ਕੇ ਵਿੱਚ ਪਾ ਦੇਣਾ ਆ ਹਾਂਜੀ ਫਿਰ ਪਹਿਲਾਂ ਪਕੌੜੇ ਵੀ ਕੱਢਣੇ ਆ